ਮੈਂ ਸਰ ਸਕੂਲ ਤੋਂ ਨਿਕਲਿਆ ਹੀ ਹਾਂ, ਤਾਂ ਛੁੱਟੀ ਹੋਈ ਹੈ। ਉਸ ਤੋਂ ਬਾਅਦ ਥੋੜ੍ਹਾ ਅੱਗੇ ਜਾ ਕੇ ਕਾਰ ਆਈ ਅਤੇ ਉਹਨਾਂ ਨੇ ਰੋਕ ਲਿਆ ਮੈਨੂੰ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ। ਅਤੇ ਫਿਰ ਪਿੰਡ ਵਾਲੇ ਨੇ ਛੁਡਾਇਆ ਮੈਨੂੰ, ਬਹੁਤ ਸੱਟਾਂ ਮਾਰੀਆਂ, ਜਾਨ ਲਿਆ ਹਮਲਾ ਕੀਤਾ ਮੈਂ। ਅਤੇ ਉਹਨਾਂ ਕੋਲ ਜੀ ਅਕਿਰਪਾਨ ਟਾਈਪ ਕੁਛ ਹੈਗਾ ਸੀ, ਹਾਂਜੀ, ਪਤਾ ਨਹੀਂ ਜੀ, ਬਸ ਇੱਕ ਮੁੰਡੇ ਦੀ ਪਹਿਚਾਣ ਹੈ ਮੈਨੂੰ, ਨਹੀਂ ਪਹਿਲਾਂ ਹੈਗਾ ਸੀ ਸਟੂਡੈਂਟ, ਨਹੀਂ ਉਹਨਾਂ ਬਾਰੇ ਮੈਨੂੰ ਨਹੀਂ ਪਤਾ। ਲੁੱਟ ਖੋ ਵੀ ਕੀਤੀ ਹੈ, ਪਰਸ ਦੇ ਵਿੱਚੋਂ ਸਾਰਾ ਕੁਛ ਲੈ ਗਏ ਕੱਢ ਕੇ, ਪੈਸੇ ਵੀ ਸੀ ਅਤੇ ਡਾਕੂਮੈਂਟ ਵੀ। ਪਰਸ ਵਿੱਚ ਮੇਰੇ ਸਰ ਹੈਗਾ ਸੀ ਘੱਟੋ ਘੱਟ 8-9 ਹਜ਼ਾਰ ਰੁਪਇਆ ਸੀ, ਅਤੇ ਡਾਕੂਮੈਂਟ ਸਾਰੇ ਹੈਗੇ ਸੀ। ਅਤੇ ਕਮਾਲ ਵਾਲਾ ਤਾਂ ਬਸ ਮੈਂ ਸਕੂਲੋਂ ਨਿਕਲਿਆ ਹੀ ਹਾਂ ਬਸ, ਅਤੇ ਥੋੜ੍ਹਾ ਅੱਗੇ ਗਿਆ। ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ। ਪੇਸ਼ੈਂਟ ਉਹਨਾਂ ਦੇ ਸੱਟਾਂ ਵੱਜੀਆਂ ਹੋਈਆਂ ਸੀ, ਕੁਛ ਲੱਤਾਂ 'ਤੇ ਸੱਟਾਂ ਸੀ, ਕੁਛ ਮੂੰਹ 'ਤੇ ਸੀ ਕਾਫੀ ਸੀ। ਅਤੇ ਉਹਨਾਂ ਦੇ ਸਕੂਲ 'ਚ ਝਗੜਾ ਹੋਇਆ ਸੀ, ਉਸ ਪ੍ਰਤੀ ਉਹ ਆਏ ਸੀ ਅਤੇ ਉਹਨਾਂ ਦੀ ਅੱਗੇ ਕਾਰਵਾਈ ਕਰ ਰਹੇ ਸੀ, ਮੈਨੇਜਮੈਂਟ ਕਰ ਰਹੇ, ਟ੍ਰੀਟਮੈਂਟ ਕਰ ਰਹੇ। ਹਾਂਜੀ, ਨਾਲ ਤਲਾਬ ਪੁਲਿਸ ਨੂੰ ਸੂਚਨਾ ਦਿੰਦੀ, ਹਾਂ ਜਾ ਰਹੀ ਹੈਗੀ ਆ। ਜਿਵੇਂ ਵੀ ਉਹਨਾਂ ਦਾ MLC ਕੇਸ ਔਨਲਾਈਨ ਹੁੰਦਾ, ਉਹਦੀ ਫਿਰ ਸੂਚਨਾ ਦੀ ਕਾਪੀ ਪੁਲਿਸ ਨੂੰ ਪਹੁੰਚ ਜਾਂਦੀ। ਮੈਂ ਸਰ ਸਕੂਲ ਤੋਂ ਨਿਕਲਿਆ ਹੀ ਹਾਂ, ਤਾਂ ਛੁੱਟੀ ਹੋਈ ਹੈ। ਉਸ ਤੋਂ ਬਾਅਦ ਥੋੜ੍ਹਾ ਅੱਗੇ ਜਾ ਕੇ ਕਾਰ ਆਈ ਅਤੇ ਉਹਨਾਂ ਨੇ ਰੋਕ ਲਿਆ ਮੈਨੂੰ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ। ਅਤੇ ਫਿਰ ਪਿੰਡ ਵਾਲੇ ਨੇ ਛੁਡਾਇਆ ਮੈਨੂੰ, ਬਹੁਤ ਸੱਟਾਂ ਮਾਰੀਆਂ, ਜਾਨ ਲਿਆ ਹਮਲਾ ਕੀਤਾ ਮੈਂ। ਅਤੇ ਉਹਨਾਂ ਕੋਲ ਜੀ ਅਕਿਰਪਾਨ ਟਾਈਪ ਕੁਛ ਹੈਗਾ ਸੀ, ਹਾਂਜੀ, ਪਤਾ ਨਹੀਂ ਜੀ, ਬਸ ਇੱਕ ਮੁੰਡੇ ਦੀ ਪਹਿਚਾਣ ਹੈ ਮੈਨੂੰ, ਨਹੀਂ ਪਹਿਲਾਂ ਹੈਗਾ ਸੀ ਸਟੂਡੈਂਟ, ਨਹੀਂ ਉਹਨਾਂ ਬਾਰੇ ਮੈਨੂੰ ਨਹੀਂ ਪਤਾ। ਲੁੱਟ ਖੋ ਵੀ ਕੀਤੀ ਹੈ, ਪਰਸ ਦੇ ਵਿੱਚੋਂ ਸਾਰਾ ਕੁਛ ਲੈ ਗਏ ਕੱਢ ਕੇ, ਪੈਸੇ ਵੀ ਸੀ ਅਤੇ ਡਾਕੂਮੈਂਟ ਵੀ। ਪਰਸ ਵਿੱਚ ਮੇਰੇ ਸਰ ਹੈਗਾ ਸੀ ਘੱਟੋ ਘੱਟ 8-9 ਹਜ਼ਾਰ ਰੁਪਇਆ ਸੀ, ਅਤੇ ਡਾਕੂਮੈਂਟ ਸਾਰੇ ਹੈਗੇ ਸੀ। ਅਤੇ ਕਮਾਲ ਵਾਲਾ ਤਾਂ ਬਸ ਮੈਂ ਸਕੂਲੋਂ ਨਿਕਲਿਆ ਹੀ ਹਾਂ ਬਸ, ਅਤੇ ਥੋੜ੍ਹਾ ਅੱਗੇ ਗਿਆ। ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ। ਪੇਸ਼ੈਂਟ ਉਹਨਾਂ ਦੇ ਸੱਟਾਂ ਵੱਜੀਆਂ ਹੋਈਆਂ ਸੀ, ਕੁਛ ਲੱਤਾਂ 'ਤੇ ਸੱਟਾਂ ਸੀ, ਕੁਛ ਮੂੰਹ 'ਤੇ ਸੀ ਕਾਫੀ ਸੀ। ਅਤੇ ਉਹਨਾਂ ਦੇ ਸਕੂਲ 'ਚ ਝਗੜਾ ਹੋਇਆ ਸੀ, ਉਸ ਪ੍ਰਤੀ ਉਹ ਆਏ ਸੀ ਅਤੇ ਉਹਨਾਂ ਦੀ ਅੱਗੇ ਕਾਰਵਾਈ ਕਰ ਰਹੇ ਸੀ, ਮੈਨੇਜਮੈਂਟ ਕਰ ਰਹੇ, ਟ੍ਰੀਟਮੈਂਟ ਕਰ ਰਹੇ। ਹਾਂਜੀ, ਨਾਲ ਤਲਾਬ ਪੁਲਿਸ ਨੂੰ ਸੂਚਨਾ ਦਿੰਦੀ, ਹਾਂ ਜਾ ਰਹੀ ਹੈਗੀ ਆ। ਜਿਵੇਂ ਵੀ ਉਹਨਾਂ ਦਾ MLC ਕੇਸ ਔਨਲਾਈਨ ਹੁੰਦਾ, ਉਹਦੀ ਫਿਰ ਸੂਚਨਾ ਦੀ ਕਾਪੀ ਪੁਲਿਸ ਨੂੰ ਪਹੁੰਚ ਜਾਂਦੀ। ਮੈਂ ਸਰ ਸਕੂਲ ਤੋਂ ਨਿਕਲਿਆ ਹੀ ਹਾਂ, ਤਾਂ ਛੁੱਟੀ ਹੋਈ ਹੈ। ਉਸ ਤੋਂ ਬਾਅਦ ਥੋੜ੍ਹਾ ਅੱਗੇ ਜਾ ਕੇ ਕਾਰ ਆਈ ਅਤੇ ਉਹਨਾਂ ਨੇ ਰੋਕ ਲਿਆ ਮੈਨੂੰ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ। ਅਤੇ ਫਿਰ ਪਿੰਡ ਵਾਲੇ ਨੇ ਛੁਡਾਇਆ ਮੈਨੂੰ, ਬਹੁਤ ਸੱਟਾਂ ਮਾਰੀਆਂ, ਜਾਨ ਲਿਆ ਹਮਲਾ ਕੀਤਾ ਮੈਂ। ਅਤੇ ਉਹਨਾਂ ਕੋਲ ਜੀ ਅਕਿਰਪਾਨ ਟਾਈਪ ਕੁਛ ਹੈਗਾ ਸੀ, ਹਾਂਜੀ, ਪਤਾ ਨਹੀਂ ਜੀ, ਬਸ ਇੱਕ ਮੁੰਡੇ ਦੀ ਪਹਿਚਾਣ ਹੈ ਮੈਨੂੰ, ਨਹੀਂ ਪਹਿਲਾਂ ਹੈਗਾ ਸੀ ਸਟੂਡੈਂਟ, ਨਹੀਂ ਉਹਨਾਂ ਬਾਰੇ ਮੈਨੂੰ ਨਹੀਂ ਪਤਾ। ਲੁੱਟ ਖੋ ਵੀ ਕੀਤੀ ਹੈ, ਪਰਸ ਦੇ ਵਿੱਚੋਂ ਸਾਰਾ ਕੁਛ ਲੈ ਗਏ ਕੱਢ ਕੇ, ਪੈਸੇ ਵੀ ਸੀ ਅਤੇ ਡਾਕੂਮੈਂਟ ਵੀ। ਪਰਸ ਵਿੱਚ ਮੇਰੇ ਸਰ ਹੈਗਾ ਸੀ ਘੱਟੋ ਘੱਟ 8-9 ਹਜ਼ਾਰ ਰੁਪਇਆ ਸੀ, ਅਤੇ ਡਾਕੂਮੈਂਟ ਸਾਰੇ ਹੈਗੇ ਸੀ। ਅਤੇ ਕਮਾਲ ਵਾਲਾ ਤਾਂ ਬਸ ਮੈਂ ਸਕੂਲੋਂ ਨਿਕਲਿਆ ਹੀ ਹਾਂ ਬਸ, ਅਤੇ ਥੋੜ੍ਹਾ ਅੱਗੇ ਗਿਆ। ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ। ਪੇਸ਼ੈਂਟ ਉਹਨਾਂ ਦੇ ਸੱਟਾਂ ਵੱਜੀਆਂ ਹੋਈਆਂ ਸੀ, ਕੁਛ ਲੱਤਾਂ 'ਤੇ ਸੱਟਾਂ ਸੀ, ਕੁਛ ਮੂੰਹ 'ਤੇ ਸੀ ਕਾਫੀ ਸੀ। ਅਤੇ ਉਹਨਾਂ ਦੇ ਸਕੂਲ 'ਚ ਝਗੜਾ ਹੋਇਆ ਸੀ, ਉਸ ਪ੍ਰਤੀ ਉਹ ਆਏ ਸੀ ਅਤੇ ਉਹਨਾਂ ਦੀ ਅੱਗੇ ਕਾਰਵਾਈ ਕਰ ਰਹੇ ਸੀ, ਮੈਨੇਜਮੈਂਟ ਕਰ ਰਹੇ, ਟ੍ਰੀਟਮੈਂਟ ਕਰ ਰਹੇ। ਹਾਂਜੀ, ਨਾਲ ਤਲਾਬ ਪੁਲਿਸ ਨੂੰ ਸੂਚਨਾ ਦਿੰਦੀ, ਹਾਂ ਜਾ ਰਹੀ ਹੈਗੀ ਆ। ਜਿਵੇਂ ਵੀ ਉਹਨਾਂ ਦਾ MLC ਕੇਸ ਔਨਲਾਈਨ ਹੁੰਦਾ, ਉਹਦੀ ਫਿਰ ਸੂਚਨਾ ਦੀ ਕਾਪੀ ਪੁਲਿਸ ਨੂੰ ਪਹੁੰਚ ਜਾਂਦੀ। ਮੈਂ ਸਰ ਸਕੂਲ ਤੋਂ ਨਿਕਲਿਆ ਹੀ ਹਾਂ, ਤਾਂ ਛੁੱਟੀ ਹੋਈ ਹੈ। ਉਸ ਤੋਂ ਬਾਅਦ ਥੋੜ੍ਹਾ ਅੱਗੇ ਜਾ ਕੇ ਕਾਰ ਆਈ ਅਤੇ ਉਹਨਾਂ ਨੇ ਰੋਕ ਲਿਆ ਮੈਨੂੰ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ। ਅਤੇ ਫਿਰ ਪਿੰਡ ਵਾਲੇ ਨੇ ਛੁਡਾਇਆ ਮੈਨੂੰ, ਬਹੁਤ ਸੱਟਾਂ ਮਾਰੀਆਂ, ਜਾਨ ਲਿਆ ਹਮਲਾ ਕੀਤਾ ਮੈਂ। ਅਤੇ ਉਹਨਾਂ ਕੋਲ ਜੀ ਅਕਿਰਪਾਨ ਟਾਈਪ ਕੁਛ ਹੈਗਾ ਸੀ, ਹਾਂਜੀ, ਪਤਾ ਨਹੀਂ ਜੀ, ਬਸ ਇੱਕ ਮੁੰਡੇ ਦੀ ਪਹਿਚਾਣ ਹੈ ਮੈਨੂੰ, ਨਹੀਂ ਪਹਿਲਾਂ ਹੈਗਾ ਸੀ ਸਟੂਡੈਂਟ।
ਨਹੀਂ ਉਹਨਾਂ ਬਾਰੇ ਮੈਨੂੰ ਨਹੀਂ ਪਤਾ ਜੀ। ਲੁੱਟ ਖੋ ਵੀ ਕੀਤੀ ਹੈ, ਪਰਸ ਦੇ ਵਿੱਚੋਂ ਸਾਰਾ ਕੁਛ ਲੈ ਗਏ, ਕੱਢ ਕੇ ਪੈਸੇ ਵੀ ਸੀ ਅਤੇ ਡਾਕੂਮੈਂਟ ਵੀ। ਪਰਸ ਵਿੱਚ ਮੇਰੇ ਸਰ ਹੈਗਾ ਸੀ ਘੱਟੋ ਘੱਟ 8-9 ਹਜ਼ਾਰ ਰੁਪਇਆ ਸੀ ਅਤੇ ਡਾਕੂਮੈਂਟ ਸਾਰੇ ਹੈਗੇ ਸੀ। ਅਤੇ ਕਮਾਲ ਵਾਲਾ ਤਾਂ ਬਸ ਮੈਂ ਸਕੂਲੋਂ ਨਿਕਲਿਆ ਹੀ ਹਾਂ ਬਸ, ਅਤੇ ਥੋੜ੍ਹਾ ਅੱਗੇ ਗਿਆ। ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ। ਪੇਸ਼ੈਂਟ ਉਹਨਾਂ ਦੇ ਸੱਟਾਂ ਵੱਜੀਆਂ ਹੋਈਆਂ ਸੀ, ਕੁਛ ਲੱਤਾਂ 'ਤੇ ਸੱਟਾਂ ਸੀ, ਕੁਛ ਮੂੰਹ 'ਤੇ ਸੀ ਕਾਫੀ ਸੀ, ਅਤੇ ਉਹਨਾਂ ਦੇ ਸਕੂਲ 'ਚ ਝਗੜਾ ਹੋਇਆ ਸੀ, ਉਸ ਪ੍ਰਤੀ ਉਹ ਆਏ ਸੀ ਅਤੇ ਉਹਨਾਂ ਦੀ ਅੱਗੇ ਕਾਰਵਾਈ ਕਰ ਰਹੇ ਹਾਂ ਅਸੀਂ, ਮੈਨੇਜਮੈਂਟ ਕਰ ਰਹੇ, ਟ੍ਰੀਟਮੈਂਟ ਕਰ ਰਹੇ। ਹਾਂਜੀ, ਨਾਲ ਤੋਂ ਨਾਲ ਪੁਲਿਸ ਨੂੰ ਸੂਚਨਾ ਦੇਣੀ, ਹਾਂ ਜਾ ਰਹੀ ਹੈਗੀ ਆ, ਜਿਵੇਂ ਵੀ ਉਹਨਾਂ ਦਾ MLC ਕੇਸ ਔਨਲਾਈਨ ਹੁੰਦਾ ਉਹਦੀ ਫਿਰ ਸੂਚਨਾ ਦੀ ਕਾਪੀ ਪੁਲਿਸ ਨੂੰ ਪਹੁੰਚ ਜਾਂਦੀ ਹੈ।